ਹਾਂਜੀ ਕਿਦਾਂ ਸਰ ਕੀ ਹਾਲ ਚਾਲ ਆ ਹੋਪਸ ਸਰ ਨੇ ਵਧੀਆ ਤੇ ਠੀਕ ਠਾਕ ਹੋਣਗੇ ਵੈਲਕਮ ਅਗੇਨ ਟੂ ਕਰਨ ਦਤਾ ਵਾਈਸ ਅੱਜ ਇੱਕ ਹੋਰ ਵੀਡੀਓ ਸਾਡੇ ਕੋਲ ਆ ਚੁੱਕੇ ਆ ਦੇਖੋ ਵੈਸੇ ਤਾਂ ਇਹ ਹੈ ਕਿ ਛੜੀ ਛਾਂਡ ਬੰਦੇ YouTube ਚਲਾ ਰਹੇ ਸੀਗੇ ਇੱਕਦਮ ਵੀਡੀਓ ਪੌਪ ਅਪ ਕੀਤੀ ਕਿ ਕੁੜੀਆਂ ਨੂੰ ਵੱਡਾ ਪਸੰਦ ਆ ਇਹ ਸਰਦਾਰ ਟੇਕਸ ਨੇ ਲਿਖਿਆ ਮੈਂ ਨਹੀਂ ਗਿਆਨਿਆ ਸਾਈਜ਼ ਮੈਟਰ ਕਰਦਾ ਕਿ ਨਹੀਂ ਮੈਂ ਦੇਖਾ ਭੈਣ ਜੋ ਕਿਹੜੀ ਲਾਈਨ ਚ ਆ ਗਏ ਬੰਦੇ ਸੋ ਦੇਖੀ ਮੈਂ ਥੋੜੀ ਜੀ ਵੀਡੀਓ ਤੇ ਆਪਣੇ ਕਰਾਂਗਾ ਵਿਚਾਰ ਤਾਂ ਨਾ ਸ਼ੇਅਰ ਬਾਕੀ ਫੁੱਦੂਆਂ ਦੀ ਬਣੀ ਜਗਾ ਤੇ ਰੰਗ ਚ ਘੂਸੀਆਂ ਨੂੰ ਰੰਗਿਆ ਕਿਸੇ ਨੇ ਓਏ ਲੜੂ ਤੇ ਅਲੀਓ ਮੰਗਿਆ ਕਿਸੇ ਨੇ ਕਦੀ ਇਹਦਾ ਥੰਮਲ ਹੁੰਦਾ ਮੋਟਰ ਤੇ ਜੈਸਮੀਨ ਪਤਾ ਨਹੀਂ ਮੋਟਰ ਤੇ ਇਹ ਕਦੀ ਮੋਟਰ ਤੇ ਉਹ ਲੱਗਦਾ ਮੋਟਰ ਤੇ ਜਾਣ ਦਾ ਬੜਾ ਸ਼ਕੀਨ ਰਿਹਾ ਆ ਅੱਜ ਇਹਨੂੰ ਮੋਟਰ ਤੇ ਅਸੀਂ ਲੈ ਜਾਣੇ ਆ ਜੇ ਆਪਾਂ ਤੱਤੇ ਤੋਂ ਹੀ ਸ਼ੁਰੂ ਕਰਾਂਗੇ ਕੰਮ ਪਰ ਪੱਤੰਦ ਰਿਆ ਪਰ ਹਮਾਰੇ ਯਹਾਂ ਸੈਕਸ ਐਜੂਕੇਸ਼ਨ ਦੇ ਨਾਮ ਤੇ ਜੋ ਵੀ ਕੰਟੈਂਟ ਬਣਦਾ ਹੈ ਉਸਮੇ ਯਹਾਂ ਤਾਂ ਕਾਮੇਡੀ ਹੋ ਰਹੀ ਹੁੰਦੀ ਹੈ ਔਰ ਯਾ ਫਿਰ ਦੇਸੀ ਭਾਸ਼ਾ ਮੇ ਬੋਲੇ ਤਾਂ ਸਵਾਦ ਲਿਆ ਜਾ ਰਹਾ ਹੁੰਦਾ ਹੈ ਦੇਸੀ ਭਾਸ਼ਾ ਚ ਮੈਂ ਦੱਸ ਦਿੰਨਾ ਸੈਕਸ ਐਜੂਕੇਸ਼ਨ ਦਾ ਹੁੰਦਾ ਕਿ ਹਾਂ ਆਪ ਬੱਚੇ ਨੂੰ ਪਹਿਲੇ ਸਿਖਾਈਏ ਕਿ ਹਾਂ ਕੀ ਚੰਗੀ ਚੀਜ਼ ਹੈ ਕੀ ਮਾੜੀਆਂ ਇਹ ਨਹੀਂ ਕਿ ਲੈਣੀ ਕਿਦਾਂ ਆ ਤੇ ਕਰਨਾ ਕਿਦਾਂ ਆ ਪੈਂਚ ਪੂਰੇ ਵੀਡੀਓ ਵਿੱਚ ਪੋਜ਼ ਕਿਹੜਾ ਬਣਾਣਾ ਚਾਹੀਦਾ ਇੱਕ ਕਹਿੰਦਾ ਸਾਰਾ ਕੁਝ ਅੱਗੇ ਆਊਗਾ ਔਰ ਮੈਂ ਰਿਕੁਐਸਟ ਕਰਦਾ ਵੀਡੀਓ ਥੋੜੀ ਹੈੱਡਫੋਨ ਪਾ ਕੇ ਦੇਖ ਲਿਓ ਸ਼ਾਇਦ ਮੇਰੇ ਮੂੰਹ ਨਾਲ ਕੁਝ ਗਲਤ ਨਿਕਲ ਜਵੇ ਜਾਂ ਥੋ

ਆਪੜੀ ਇਹਦੀ ਕਿਸੇ ਨੂੰ ਨਾ ਨਹੀਂ ਕੀਤੀ ਤੇ ਹੁਣ ਕਹਿੰਦਾ ਕਿ ਸਾਡੀ ਇਹ 18 ਸਾਲ ਤੋਂ ਬਾਅਦ ਦੀ ਏਜ ਸੈਂਦੇ ਤੇ ਹੁਣ 18 ਸਾਲ ਤੋਂ ਪਹਿਲੇ ਲੱਗੇ ਰਹੇ ਨੇ ਤੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਅੱਜ ਕੱਲ੍ਹ ਦੇ ਜਵਾਨ ਨੂੰ ਓਪਰਚੁਨਿਟੀ ਹੈ ਕਿ ਇਸ ਗੱਲ ਦਾ ਦੁੱਖ ਆ ਕਿ ਲੀਗਲੀ ਤੂੰ ਕਰ ਨਹੀਂ ਪਾਇਆ ਆਪਣਾ ਕੁਝ ਪਹਿਲਾਂ ਅਬ بس ਇਤਨਾ ਹੋ ਰਿਹਾ ਹੈ ਕਿ ਲੋਕ ਖੁੱਲ੍ਹ ਕੇ ਚੀਜ਼ੇ ਕਰ پا ਰਹੇ ਹੈ ਪਹਿਲੇ ਹਮੇ ਪਤਾ ਨਹੀਂ ਹੁੰਦਾ ਕਿ ਕੀ ਪਤਾ ਸ਼ਾਇਦ 18 ਬਿਲੋ ਬਿਲੋ ਕਰਤੇ ਹੋਗੇ ਕੁਸੀਓ ਸੈਕਸ ਐਜੂਕੇਸ਼ਨ ਦਾ ਮਤਲਬ ਇਹ ਹੁੰਦਾ ਕਿ ਆਪਾਂ ਉਹਨਾਂ ਲੋਕਾਂ ਨੂੰ ਸਿਖਾਈਏ ਕਿ ਰੋਂਗ ਕੀ ਹੈ ਗੁੱਡ ਕੀ ਹੈ ਗੁੱਡ ਟੱਚ ਕੀ ਬੈਡ ਟੱਚ ਕੀ ਆਪਾਂ ਨੂੰ ਕੁੜੀਆਂ ਜਿਹੜੀ ਛੋਟੀ ਹੁੰਦੇ ਰਿਸ਼ਤੇ ਆ ਰਹੀ ਹੈ ਕੁਝ ਵੀ ਕਰਦੇ ਉਹਨਾਂ ਚੀਜ਼ ਦੱਸਿਏ ਕਿ ਹਾਂ ਬਾਡੀ ਆਰਗਨਸ ਕੀ ਹੈ ਕੀ ਪ੍ਰੋਸੈਸ ਹੈ ਹੌਲੀ ਹੌਲੀ ਜਦੋਂ ਕਲਾਸ ਵੱਧਦੀ ਜਾਂਦੀ ਉਸ ਚੀਜ਼ ਦੇ ਨਾਲ ਦਈਏ ਅੱਜ ਕੱਲ੍ਹ ਕਿ ਲੋਕ ਸ਼ਤ ਕਰਤੇ ਹੋਗੇ ਕੀ ਪਤਾ ਭੈਣ ਜੋ ਇਹ ਦੱਸੋ ਕਿ 18 ਸਾਲ ਤੋਂ ਘੱਟ ਕੁੜੀ ਨੂੰ ਟੱਚ ਵੀ ਕੀਤਾ ਨਾ ਵਿਦਆਊਟ ਹਰ ਕੰਸੈਂਟ ਅਗਰ ਉਹਨਾਂ ਕੋਰਚ ਨਿਕਲ ਗਈ ਤੇ ਪ੍ਰੂਫ ਹੋ ਗਈ ਚੁੰਮੀ ਤੱਕ ਨਹੀਂ ਕਰ ਸਕਦੇ ਲੱਗੇ ਵੱਡੇ ਕੀ ਪਹੁੰਚ हमको नहीं पता जी ये वो ਤੇ ਇਹ ਸਲਾਹਾਂ ਦੇਣ ਲਿਆ ਕਿ हां ਸ਼ਾਇਦ ਕਰਦੇ ਹੋਗੇ ये वो ਪਹੁੰਚ ਲੋਕਾਂ ਨੇ بڑھਨਾ ਫੇਚ ਬਹੁਤ ساری ਚੀਜ਼ ਐਕਸੈਸਿਬਲ ਹੈ ਅਬੀ ਇਸ ਲਈ ਪਰ ਇਹ ਹੈ ਕਿ हां ਲੋਕ ਪ੍ਰੈਕਟਿਸ ਕਰਤੇ ਹੈ ਬਿਲੋ 18 ਇੰਡੀਆ ਮੇ ਇਹ ਸਾਲਾ ਸੱਚੀ ਸੈਕਸ ਐਜੂਕੇਸ਼ਨ ਦੇ ਪੋਡਕਾਸਟ ਹੈ ਕਿ ਹਾਂ ਕੀ ਕੁਝ ਚੱਲਦਾ ਪਿਆ ਕੀ ਵਿਵਿਧ ਪੋਰਨ ਸਾਈਟੀ ਦੱਸਦੇ ਕਿਹੜੀ ਦੇਖਣੀ ਹੈ ਲਿੰਕ ਭੇਜ ਦਿਓ ਕਮੈਂਟ ਚ ਲੋਕੀ ਮੇਤ ਤੋਂ ਮੰਗੀ ਜਾਣਗੇ ਤੁਸੀਂ ਆਪ ਹੀ ਦੱਸੋ ਲੋਕੀ ਵੀਡੀਓ ਦੇ ਦੇ ਇਹ ਕਿਹੜੀ ਐਜੂਕੇਸ਼ਨ ਬਟ ਆਈ ਊਡ ਰੀਲੀ ਸੁਜੈਸਟ ਕਿ ਸਟਿਕ ਟੂ ਬੀਇੰਗ 18 ਔਰ ਦੇਖੋ ਕਿ ਕਿਆ ਮੈਂ ਰੈਡੀ ਹੂੰ ਰੈਡੀ ਹੋਣ ਨੂੰ ਭੈਣ ਜੋ ਕਿ ਸਾੜੀ ਬਾਣੀ ਕੁੜੀ ਦੇ ਮੁੰਡੇ ਨੇ ਕੋਟ-ਵਟ ਪਾ ਕੇ ਕੀ ਬੱਚ ਲਖਾਣਾ ਕਿ ਯਾਰ ਜੀ ਮੈਂ ਅੱਜ ਆਣਾ ਤੁਸੀਂ ਮਿਲੋਗੇ ਅੱਗੇ ਹੋਗੀ ਨਹੀਂ ਨਹੀਂ ਜੀ ਅੱਜ ਨਹੀਂ ਫੇਰ ਕਦੀ ਅੱਜ ਦੀਦੀ ਹੋਣੀ ਆਏ ਕਿਹੜੀਆਂ ਘੂਸੀਆਂ ਭੋਰੀ ਜਾਣ ਦਿਓ ਇਹ ਸਮਝਾਓ ਕਿ ਹਾਂ ਬੈਨੀਫਿਟ ਕੀ ਆ ਨੁਕਸਾਨ ਕੀ ਆ ਲੋਕਾਂ ਨੂੰ ਇਹ ਸਮਝਾਓ ਕਿ ਹਾਂ ਅਬ ਬ੍ਰਿੰਗਿੰਗ ਜਿਹੜੀ ਹੋਣੀ ਆਪਣੇ ਬੱਚਿਆਂ ਦੀ ਉਹਨਾਂ ਨੂੰ ਕਿਵੇਂ ਚੇਂਜ ਕਰ ਸਕਦੇ ਆ ਕਿਵੇਂ ਉਹਨਾਂ ਚ ਨੌਲੇਜ ਪਾ ਸਕਦੇ ਆ ਕਿਵੇਂ ਬੰਦਿਆਂ ਨੂੰ ਸਮਝਾਇਆ ਜਾ ਸਕਦਾ ਕਿ ਹਾਂ ਦਰਿੰਦੇ ਨਾ ਬਣਿਆ ਕਰੋ ਕਿ ਹਾਂ ਆ ਚੀਜ਼ਾਂ ਕੀ ਕਹੇ ਦੀ ਮਾਂ ਭੈਣ ਨੂੰ ਦੇ ਲੱਗੇ ਕਿ ਆਪਰੇ ਜਿਹੜੇ ਹਾਰਮੋਨਸ ਆ ਕਿਵੇਂ ਕੰਟਰੋਲ ਕਰ ਸਕਦੇ ਆ ਜਾਂ ਕੋਈ ਚੀਜ਼ਾਂ ਕੁੜੀਆਂ ਨੂੰ ਕੀ ਹਾਂ ਕਿਵੇਂ ਤੁਹਾਨੂੰ ਜਿਹੜੇ ਰਿਸ਼ਤੇਦਾਰ ਤੁਹਾਡੇ ਬਾਹਰ ਟੱਚ ਕਰਦੇ ਸੀ ਛੋਟੇ ਹੁੰਦੇ ਜਾਂ ਕੀ ਚੀਜ਼ਾਂ ਹੋਰ ਅੱਗੇ ਆਉਂਦੀਆਂ ਇਹੋ ਜੀ ਚੀਜ਼ਾਂ ਤੇ ਐਜੂਕੇਸ਼ਨ ਦੋ ਉਹ ਜੀ 18 ਸਾਲ ਤੋਂ ਵੱਧ ਲੈ ਲਿਓ ਪਹਿਲਾਂ ਨਹੀਂ ਦਿੰਦੀ ਮੈਂ ਭੈਂਜ ਬੜੀ ਫੋਦੂ ਆ ਤੋ ਜਦ ਪਹਿਲੀ ਬਾਰ ਆਪ ਕਰਤੇ ਹਨ ਤੋ ਕਿਆ ਕਿਆ ਪ੍ਰੋਬਲਮਸ ਉਸ ਟਾਈਮ ਆ ਸਕਤੀ ਹੈ ਮੈਨੂੰ ਲੱਗਾ ਇਹ ਵਿਚਾਰਾ ਪਹਿਲੀ ਰੀ ਕੋ ਕੁਝ ਹੋਇਆ ਕੋਹ ਨਹੀਂ ਤੇ ਨਰਵਸ ਹੋ ਗਿਆ ਵਿਚਾਰਾ ਆਪਣੀ ਸਟੋਰੀ ਕਿ ਇਹ ਕੁੜੀ ਮੂੰਹ ਸੋਣਾ ਜਾਊਂਗੀ ਹਾਂ ਨਹੀਂ ਅਰੇ ਇਹ ਤੋ ਨਾਰਮਲ ਹੈ ਐਦਾ ਕਹਿ ਕੇ ਦਲਾਸਾ ਕਿੰਨੀ ਵਾਰ ਦਊਂਗਾ ਉਸਤਾਦ ਭੈਂਜ ਬਗਰ ਬੁਗਰਾ ਖਾ ਜਾਏਗਾ ਕਿ ਤੋ ਪਹਿਲੀ ਬਾਰ ਜਦ ਸੈਕਸ ਕਰਤੇ ਹਨ ਸਭ ਨਰਵਸ ਹੋ ਜਾਂਦੇ ਹਨ ਔਰ ਨਹੀਂ ਜੀ ਅਹੀਂ ਦਾ ਖੋਜ ਸਗੇ ਕਿ ਸ਼ੂਗਰ ਹੱਡੂ ਵੀ ਭਾਗ ਲਗੇ ਵੈਂਜ ਕੋਈ ਚੱਕਰ ਦਾ ਬਣਿਆ ਨਰਵਸ ਕਿਹੜੀ ਗੱਲ ਤੋਂ ਐਗਜ਼ਾਮ ਭਰਨ ਚੱਲੇ ਆ ਅਗਰ ਤੁਸੀਂ ਕੌਨਫੀਡੈਂਟ ਹੋ ਆਪਣੇ ਆਪ ਨੂੰ ਲੈ ਕੇ ਕੋਈ ਕੌੜੀ ਕੌਨਫੀਡੈਂਟ ਆ ਤਾਂ ਹੀ ਮਿਲਣਾ ਨਹੀਂ ਜਬਰਦਸਤੀ ਲੈ ਕੇ ਨਹੀਂ ਗਏ ਹਾਂ ਥੋੜਾ ਬਹੁਤਾ ਸੰਗ ਸ਼ਰਮ ਹੁੰਦੀ ਆ ਕੋਈ ਗੱਲ ਨਹੀਂ ਦੀਦੀ ਫੈਂਟਸੀਆਂ ਬਾਤੂ ਪੂਰੀ ਗੱਲੀਓ ਪਹਿਲਾਂ ਬੱਤੀ ਬੁਝਾ ਲਿਆ ਕਰੋ ਉਹ ਵੀ ਸ਼ਰਮਾਹਟ ਦੂਰ ਹੋ ਜਾਂਦੀ ਆ ਨਰਵਸ ਹੋਣੇ ਇਹ ਕਹੋ ਲੋਕਾਂ ਨੂੰ ਕਿ ਹਾਂ ਜੇ ਤੁਸੀਂ ਪਹਿਲੀ ਵਾਰ ਹੀ ਜਾਂਦੇ ਆ ਪਹਿਲਾਂ ਤੁਸੀਂ ਕਨਸੈਂਟ ਦੇਖੋ ਇਫ ਯੂ ਆ ਡੂਇੰਗ ਵਿਦ ਅ ਵਰਜਨ ਗਰਲ ਤਾਂ ਉਹਨੂੰ ਪ੍ਰੋਮਿਸ ਕਰਖੋ ਇਹ ਨਹੀਂ ਕਿ ਹਾਂ ਕਿ ਸ਼ਰਮ ਤੇ ਨਾ ਬਿਆਗ ਰੰਗੋ ਤਾਂ ਨਾ ਉਹਨੂੰ ਦੱਸੋ ਕਿ ਹਾਂ ਇਫ ਆ ਯੂਜ਼ਿੰਗ ਯਾ ਮੈਂ ਤੇਰੀ ਵਜੜੀ ਲੈ ਰਿਹਾ ਆ ਇਹਦਾ ਮਤਲਬ ਇਹ ਹੈ ਕਿ ਮੈਂ ਤੇਨਾ ਹਮੇਸ਼ਾ ਰਹੂੰਗਾ ਯਾਨੀ ਕਿ ਵਰਤੀ ਛਰਦੀ ਦੇ ਭਾਂ ਜੋ ਕਹਤਾਂ ਕਿ ਨਹੀਂ ਆਇ ਮਜ਼ਾ ਆ ਗਿਆ ਜੀ ਇਹ ਉਹ ਉਹ ਹੁੰਦਾ ਕੁਸਾ ਘਮ ਨਰਵਸ ਹੁੰਦੇ ਆ ਇੱਕ ਜਨਰਲ ਪਰਸਪੈਕਸ਼ਨ ਇਹ ਵੀ ਹੈ ਕਿ ਜੋ ਲੜਕੀਆਂ ਕੀ ਸੈਕਸ ਡਰਾਈਵ ਹੁੰਦੀ ਹੈ ਨਾ ਉਹ ਲੜਕੋ ਸੇ ਬਹੁਤ ਜ਼ਿਆਦਾ ਹੁੰਦੀ ਹੈ ਐਸਾ ਮੰਨਾ ਜਾਂਦਾ ਐਂਡ ਡਰਾਈਵ ਸੁਣਿਆ ਸੀ ਹਾਰਡ ਡਰਾਈਵ ਸੁਣਿਆ ਸੀਗਾ ਸੱਚੀ ਗੱਲ ਮੈਂ ਸੈਕਸ ਡਰਾਈਵ ਨਹੀਂ ਸੁਣਿਆ ਸੀ ਕੀ ਗੱਲ ਇਹਦੇ ਵਿੱਚ ਕੁਝ ਭਰਿਆ ਹੁੰਦਾ ਥੋੜਾ ਵਿਸਤਾਰਪੂਰਵਕ ਸਮਝਾਇਆ ਜਾਵੇ ਸਾਨੂੰ ਮਤਲਬ ਅਗਰ ਅਸੀਂ ਦੇਸੀ ਭਾਸ਼ਾ ਮੇ ਬੋਲੇ ਤੋ ਯੂ ਨੋ ਐਸੇ ਬੋਲਤੇ ਕਿ ਲੜਕੀਆਂ ਮੇ ਜ਼ਿਆਦਾ ਆਗ ਹੁੰਦੀ ਹੈ ਤੇ ਦੇਸੀ ਭਾਸ਼ਾ ਪ੍ਰਾ ਕਰੇ ਪੁੱਛ ਜਾ ਕੇ ਕਿ ਹਾਂ ਆਂਟੀ ਅੰਕਲ ਦੀਦੀ ਕਿਸੇ ਮਾਸੀ ਤਾਈ ਚਾਚੀ ਅਗ ਹੈਗੀ ਆ ਭੈਣ ਜੋ ਲੋਕਾਂ ਨੂੰ ਵੀ ਕੁੜੀਆਂ ਨੂੰ ਉਹ ਕੁਝੋ ਕੋਈ ਸਵਾਲ ਹੈ ਚੱਜਦਾ ਤੁਹਾਡਾ ਕਿ ਹਾਂ ਭੈਣ ਜੋ ਇਹ ਹੁੰਦਾ ਉਹ ਹੁੰਦਾ ਇਧਰ ਦੇਖੋ ਥੰਬਨੇਲ ਲਾਇਆ ਕੁੜੀ ਦੀ ਫੋਟੋ ਵੱਡੀ ਕਰਕੇ ਕਿ ਸਾਈਜ਼ ਮੈਟਰ ਕਰਦਾ ਵੀਰ ਕਰੇ ਹੈ ਨਹੀਂ ਲੇਡੀਜ਼ ਮਹਿਕਮਾ ਪੁੱਛੋ ਜਾ ਕੇ ਭੈਣ ਜੋ ਅਬਸ ਕਹਿ ਦੇ ਨਾ ਲੋਕੀ ਇੰਜੋਏ ਕਰਦੇ ਵੀ ਦੂਜੇ ਵੀ ਨਾ ਸਿੰਗਲ ਲੋਕ ਅਟੈਂਡੈਂਸ ਲਾਣ ਇਹ ਕਰਨ ਉਹ ਕਰਨ ਅਈਦਾ ਛੜਿਆ ਆਗੀ ਵੀਡੀਓ ਬ్రో ਮੈਸੇਜ ਕੀ ਕਨਵੇ ਕਰਨਾ ਚਾਹੁੰਦਾ ਆਡੀਅנס ਨੂੰ ਕਿ ਹਾਂ ਟੌਪਿਕ ਦੀ ਦਿੱਤਾ ਕਿ ਸੈਕਸ ਐਜੂਕੇਸ਼ਨ ਤੁਸੀਂ ਪਾ ਰਹੇ ਹੋ ਪਹਿਲੇ ਕਿ ਹਾਂ ਸਾਈਜ਼ ਮੈਟਰ ਕਰਦੇ ਕਿ ਨਹੀਂ ਕਰਦਾ ਫਿਰ ਤੁਸੀਂ ਪੁੱਛਦੇ ਕਿ ਹਾਂ ਕੀ ਚੀਜ਼ਾਂ ਹੋਣੀਆਂ ਚਾਹੀਦੀਆਂ ਕੀ ਚੀਜ਼ਾਂ ਨਹੀਂ ਪਹਿਲਾਂ ਉਸ ਚੀਜ਼ ਨੂੰ ਬੇਸਿਕ ਤੋਂ ਸ਼ੁਰੂ ਕਰੋ ਜਿਹੜੀ ਚੀਜ਼ਾਂ ਨੇ ਦੱਸਿਆ ਕਿ ਹਾਂ ਕਿਦਾਂ ਲੰਬੇ ਪਾਣਾ ਪੁੱਟੇ ਸਦੇ

ਪਰ ਜੋ ਸੈਕਸ ਐਜੂਕੇਸ਼ਨ ਜੋ ਕੁੱਲੜ ਪੀਦੇ ਦੀ ਐਗਜ਼ਾਮਪਲ ਦੇਣ ਦੀ ਲੋੜ ਪੈ ਗਈ ਉਹਦਾ ਵੀ ਕਹਿ ਸਕਦਾ ਸੀ ਕਿ ਯਾਰ ਲੋਕੀ ਸਮਝ ਦੇਗੀ ਹਾਂ ਸਾਨੂੰ ਆਪਾਂ ਫਿਲਮਾਂ 'ਚ ਜੋ ਚੀਜ਼ਾਂ ਦੇਖੀ ਸੀ ਬਾਡੀ ਪਾਰਟਸ ਕਿਉਂ ਕਲੀਨ ਹੁੰਦੇ ਆ ਕਲੀਅਰ ਹੁੰਦੇ ਆ ਵਾਈਟ ਪਿੰਕ ਜੋ ਮਰਜੀ ਉਹਦਾਂ ਦੇ ਕਿਉਂ ਨਹੀਂ ਕੁੱਲੜ ਪੀ ਸਤਾ ਫੈਂਸੀਆ ਤੂੰ ਵੀ ਦੇਖੀ ਆਂ ਪੁੱਤ ਹਾਂ ਮੇਰੇ ਬੇਬੀ ਸੁਣ ਸ਼ੇਕਸਪੀਅਰ ਦੀ ਸਿੱਟੀ ਹੋਈ ਲਾਦ ਕਿਹੜੀ ਗੱਲ ਕਰੀ ਨਾ ਵਾਈਦ ਸੋ ਇਹ ਪੁੱਛੀ ਨਾ ਦੱਸੋ ਕਲਰ ਹੁਣ ਵੀ ਤਾਂ ਟਾਪਿਕ ਤੇ ਆਇਆ ਨਾ ਕੁੱਲੜ ਪੀ ਨੂੰ ਵਿੱਚ ਲੈਣਾ ਕਿੰਨਾ ਕੁ ਜ਼ਰੂਰੀ ਸੀ ਅਦਾ ਕੀ ਚੱਕਰ ਇਹ ਜੋ ਰੀਲ ਪਾਉਂਦੇ ਨਾ ਦੇਖੋ ਦੇਖੋ ਕੁੱਲੜ ਪੀਜ਼ਾ ਵਾਲੀ ਗੱਲ ਕੀਤੀ ਆ ਕੀ ਭੈਣ ਜੋ ਠੀਕ ਆ ਅਗਲੇ ਵੀ ਮੋਲ ਠੰਡਾ ਕਰਨੇ ਹੁੰਦਾ ਮੈਂ ਜੋ ਮੈਂ ਆਪ ਖੋ ਠੰਡਾ ਹੋ ਗਿਆ ਛੱਡੋ ਪਰ ਸਾਲਾ ਕੁੱਲੜ ਪੀਜ਼ਾ ਮੇਰਾ ਸਾਥ ਨਹੀਂ ਛੱਡਣ ਰਿਹਾ ਘੁੰਮ ਫਿਰ ਕੇ ਵਿੱਚ ਆ ਹੀ ਜਾਂਦਾ ਡੈਸ਼ ਕੋਰੇ ਡੈਸ਼ ਕਾਲੇ ਇਹ ਕੁੱਲੜ ਪੀਜ਼ਾ ਵਾਲੇ ਇਹ ਡਾਇਲੋਗ ਵਾਇਰਲ ਹੋਇਆ ਸੀਗਾ ਉਦੋਂ ਕੋਈ ਅਫੈਂਡ ਨਹੀਂ ਹੋਇਆ ਆ ਚੀਜ਼ਾਂ ਪੁੱਛਣ ਦੇ ਉਦੋਂ ਕੋਈ ਅਫੈਂਡ ਨਹੀਂ ਹੋਇਆ ਕਦੇ ਮਾੜਾ ਮੋਟਾ ਮੇਰੇ ਮੂੰਹੋਂ ਕੀ ਕਰਦਾ ਪਿਆ ਐ ਇਦਾਂ ਕਹਿ ਹੋ ਜਵੇ ਨਾ ਆ ਦੇਖੋ ਜਿਹਨੂੰ ਤਾਂ ਅਕਲ ਹੀ ਹੈ ਨਹੀਂ ਹੱਜੀ ਵੀ ਨਹੀਂ ਹਟਦਾ ਭੈਣ हां मालूम है तेरे बाप को मत सिखा चल ऑब्वियसली अगर हमारा स्किन कलर डस्की है या कोई और इंडियन है जो जिसका स्किन कलर फे है फिर भी उसके जेनिटल्स कंपैरेटिवली डार्क रहेंगे मैडम ਜਿੱਦਾਂ ਜਿੱਦਾਂ ਤੁਹਾਡਾ ਰੰਗ ਗੋਰਾ ਤੇ ਅੱਗੇ ਰੰਗ ਕਿਹੜਾ ਹੋਊਗਾ ਫੇ ਆਹਾ 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 ਜੇ ਉਹ ਫੇਰ ਹੈ ਮਤਲਬ ਜੈਨਟਲਸ ਵੀ ਵਾਈਟ ਰਹਿਣਗੇ ਨੋ ওকে ਠੀਕ ਹੈ ਥੈਂਕ ਯੂ ਮੈਡਮ ਬਸ ਮੈਂ ਇਹੀ ਪੁੱਛਣਾ ਸੀ ਐਵੇਂ ਬਾਕੀ ਮੈਨੂੰ ਤੁਹਾਡੀ ਪਰਸਨਲੀ ਕੋਈ ਨਹੀਂ ਚਾਹੀਦੀ ਜਿੱਦਾਂ ਤੁਸੀਂ ਗੋਰੇ ਚਿੱਟੇ ਹੋ ਚੰਗਾ ਜੀ ਕਿ ਜੋ ਸਭ ਤੋਂ ਵੱਡੀ ਇਨਸਿਕਿਉਰਿਟੀ ਹੁੰਦੀ ਹੈ ਉਹ ਹੈ देयर ਪੀਨਿਸ ਸਾਈਜ਼ ਇੱਕ ਤਾਂ ਇਹਨੂੰ ਭਾਂਜੋ ਸਾਈਜ਼ ਕੀ ਉਸਤਾ ਤੂੰ ਦੇਣੀ ਕਿਸ ਨੂੰ ਤੇਰਾ ਦਿਲ ਕਰਦਾ ਕੋਈ ਕੀੜਾ ਉੜਦਾ ਦੱਸ ਤਰੀ ਵੀ ਟੂ ਜਾ ਕੋ ਮੂੰਹ ਢੱਕ ਕੇ ਚੱਲ ਜਾ ਬੜਾ ਸ਼ੌਂਕ ਆ ਗੱਲਾਂ ਕਰਨਾ ਇਨਸਿਕਿਉਰਿਟੀ ਦੀ ਭਾਂਜੋ ਕਿਹੜੀ ਗੱਲ ਤੋਂ ਇਨਸਿਕਿਉਰਿਟੀ ਮੇਰੀ ਗੱਲ ਸੁਣੋ ਇਹ ਪੌਦਾ ਤਾਂ ਹੈ ਨਹੀਂ ਕਿ ਪਾਣੀ ਲਾ ਕੇ ਗਾਦਾਂਗੇ ਕਿ ਵੱਡਾ ਹੋ ਗਿਆ ਛੋਟਾ ਹੋ ਗਿਆ ਇਹ ਹੋ ਗਿਆ ਜੋ ਹੈ ਉਹ ਹੈ ਆ ਡਾਕਟਰ ਡੁੱਟਰ ਜਿਹੜੇ ਆ ਭਾਂਜੋ ਬੰਗਾਲੀ ਬੰਗੂਲੀ ਇਹਨਾਂ ਕੋ ਸਿਰਫ ਤਾਨੂੰ ਕੁਝ ਟਾਈਮ ਦੀ ਖੁਸ਼ੀ ਮਿਲ ਸਾਦੀ ਉਹ ਵੀ ਤੁਹਾਡੇ ਸਟੈਮੀਨਾ ਚ ਸ਼ਾਇਦ ਬਟ ਨਾਟ ਦੇ ਸਾਈਡ ਕਿ ਹਾਂ ਗੋਲੀਆਂ ਖਾ ਲਓ ਫੇ ਮਤਲਬ ਕਿ ਤੁਸੀਂ ਰੱਬ ਨਾਲ ਚੁਣੌਤੀ ਕਰਦੇ ਪਏ ਕਿ ਹਾਂ ਨਹੀਂ ਇਹ ਕਰ ਲਓ ਉਹ ਕਰ ਲਓ ਆ ਗੋਰੇ ਕਾਲੇ ਦੇ ਦੇਣਾ ਇਹ ਇਹ ਤਾਂ ਚਲੋ ਭੈਣ ਜੋ ਆਪਣੀ ਸਰਜਰੀ ਨਾਲ ਸੋਜਰੀ ਨਾਲ ਕਰਾਉਂਦੇ ਆ ਇਧਰ ਬੁਖਾਰ ਦੀ ਗੋਲੀ ਨਹੀਂ ਖਾਂਦੇ ਭੈਣ ਜੋ ਲੋਕੀ ਉਹੀ 2 ਮਿੰਟ ਸੋ ਜਾਂਦੇ ਘਰੇ ਕਿ ਨਹੀਂ ਚਾਹ ਪੀਤੀ ਲਮਕਾ ਪੀ ਲਿਆ ਸੋ ਗਿਆ ਉਹਨਾਂ ਕੋ ਕੀ ਭਾਲ ਦੇ ਇਲਾਜ ਤੁਸੀਂ ਸਰਜਰੀ ਵਾਲਾ ਬਾਕੀ ਸਾਈਜ਼ ਦੱਸੋ ਯਾਰ ਸਾਰੇ ਜਣੇ ਕਮੈਂਟ ਕਰ ਦਿਓ ਸਰਦਾਰ ਟੇਕ ਨੂੰ ਆਪਣਾ ਬੜਾ ਸਾਈਜ਼ ਲੜਕੋ ਕੋ ਇਹ ਲੱਗਦਾ ਹੈ ਕਿ ਓਕੇ ਸਾਈਜ਼ ਬੜਾ ਹੋਣਾ ਚਾਹੀਏ ਪਰ ਫੈਕਟਸ ਇਹ ਕਹਤੇ ਹੈ की लड़कियों को ऑर्गेज्म अचीव होता है क्लिटोरल स्टिमुलेशन से और यार सवाल की या बड़ा पसंद आ के छोटा नहीं जी हमें तीसरी भाषा ना बोलो ऐदा कहो कि ना या हां सेक्स एजुकेशन का दी हुई जब ਤੁਹਾਨੂੰ ਆਪਰੇ ਤੇ ਲੱਗੇ ਕਿ ਨਹੀਂ ਯਾਰ ਕੁੜੀ ਜ ਮੈਂ ਵੀ ਆ ਮੇਰੇ ਤੇ ਗੱਲ ਕੀਤੀ ਜਾਵੇ ਕਿ ਹਾਂ ਯਾਰ ਕੁੜੀਆਂ ਨੂੰ ਕੀ ਪਸੰਦ ਮਤਲਬ ਕਿ ਤੁਹਾਡੇ ਤੇ ਆਵਾਜ਼ ਚੱਕੀ ਜਾ ਸਕਦੀ ਹੈ ਕਿ ਯਾਰ ਅੱਛਾ ਇਹਨੂੰ ਪਤਾ ਕਿ ਵੱਡੇ ਚ ਮਜ਼ਾ ਆ ਕੇ ਛੋਟੇ ਚ ਮਜ਼ਾ ਉਹਦੇ ਵਕ ਗਲਤ ਅਪ ਗਾਲੀ ਬਦਲ ਦਿੰਨੇ ਆ ਤੇ ਟਾਟੂ ਦੀ ਸੈਕਸ ਐਜੂਕੇਸ਼ਨ ਆ ਕੌਨਫੀਡੈਂਟ ਹੋ ਕੇ ਪੋਡਕਾਸਟ ਕਰ ਰਹੇ ਹਾਂ ਬੋਲੋ ਖੁੱਲ ਕੇ ਲਿਟਰਲ ਸਟੀਮੂਲੇਸ਼ਨ ਹੋ ਸਕਦਾ ਹੈ ਫਿੰਗਰਸ ਕੇ ਥਰੂ ਜਾਂ ਔਰਲ ਸੈਕਸ ਕੇ ਥਰੂ ਯਾਰ ਮੈਂ ਨਹੀਂ ਇਹ ਭਰਾਵਾ ਉਹ ਗਲਤ ਗਲ ਲੱਗ ਭੈਂ ਚ ਕੀ ਚੱਲਣ ਡਿਆ ਆ ਕਦੀ ਕਹਿੰਦੇ ਅਸੀਂ ਸੰਤੁਸ਼ਟੀ ਆਪਣੀ ਉਂਗਲਾਂ ਨਾਲ ਮੈਂ ਇੰਗਲਿਸ਼ ਚ ਇਹ ਇੰਗਲਿਸ਼ ਬੋਲਦੇ ਮੈਂ ਹਿੰਦੀ ਚ ਪੰਜਾਬੀ ਚ ਤੁਹਾਡੇ ਨਾਲ ਗੱਲ ਕਰਦਾ ਕਿ ਅਸੀਂ ਆਪਣੀ ਉਂਗਲਾਂ ਨਾਲ ਸੰਤੁਸ਼ਟੀ ਪਾ ਸਕਦੇ ਆ ਜਾਂ ਉਹ ਔਰਲ ਔਰਲ ਤਾਂ ਭਰਾਵਾ ਸਕੂਲ ਤੱਕ ਤਾਂ ਔਰਲ ਹੀ ਸੀਗਾ ਕਿ ਹਾਂ ਟੈਸਟ ਹੁੰਦਾ ਬੋਲ ਕੇ ਦੱਸਣਾ ਪੈਂਦਾ ਮੂੰਹ ਦੀ ਵਰਤੋਂ ਹੁੰਦੀ ਜਿੱਥੇ ਬੋਲ ਕੇ ਤੁਬਸ ਮੂੰਹ ਦੀ ਵਾਰ ਤੋਂ ਉਹਨਾਂ ਕੋਈ ਛੋਰ ਕਰਾਉਣ ਨੂੰ ਫਿਰਦੇ ਏ 파ਟਨਰ ਕੋ ਅੱਛਾ ਲੱਗਦਾ ਹੈ ਕਿ ਜਦ ਉਹ ਆਪਣਾ ਯੂਰੀਨ ਕਸ਼ਾਰ ਕਰਤੇ ਹਨ ਆਨ ਦਾ ਅਦਰ ਪਾਰਟਨਰ ਭੈਣ ਜੋ ਇਦਾਂ ਸਾਲੋ ਗਉ ਮੂਤਰ ਥੋੜੀ ਆ ਭੈਣ ਜੋ ਫੇ ਵੀ ਅੰਧ ਭਗਤ ਗੁੱਸੇ ਹੋ ਸਕਦੇ ਆ ਸਾਡੇ ਹਿੰਦੂ ਸਮਾਜ ਦੇ ਕੁਝ ਹੈਗੇ ਬੰਦੇ ਕਿ ਅਫੈਂਡ ਹੋ ਜੂਗੇ ਸ਼ਾਵਰ ਸ਼ਾਵਰ ਦਾ ਇਦਾਂ ਕਹਿਣ ਦਾ ਜਦ ਆ ਬੈ ਜਾ ਫੁਆਰਾ ਲਾ ਕੇ ਹਾਂ ਜੀ ਪਾਣੀ ਫਾ ਸੁਸੂ ਕਰਨਾ ਵੀ ਇੰਜੋਇਮੈਂਟ ਹੋਤਾ ਹੈ ਅਹੀਂ ਭੈਣ ਜੋ ਇੰਜੋਇਮੈਂਟ ਮਿਸ ਕਰਦੇ ਨੇ ਛੋਟੇ ਬੱਚੇ ਜਿਹੜੇ ਜੰਮਦੇ ਉਹ ਤਾਂ ਰੋਜ਼ ਇੰਜੋਇਮੈਂਟ ਕਰਦੇ ਫੇਰ ਤਾਂ ਵਿੱਚੇ ਕੀ ਤਾਂ ਹੁੰਦਾ ਬੈਡ ਤੇ ਔਰ ਉਹ ਸੀ ਸਮ ਟਾਈਮਸ ਡਰਿੰਕ ਵੀ ਕਰਦੇ ਹੈ ਬੈਂਚ ਉਹਦਾ ਹੈਪੀ ਫਿਜ਼ ਨਹੀਂ ਆ ਉਹ ਕਿਸੇ ਪਾਸੋਂ ਲੱਗਣ ਡਿਆ ਇਹ ਸਾਲਾ ਆਪਣੇ ਦਿਲ ਦੀਆਂ ਗੱਲਾਂ ਕਰ ਰਹੇ ਨੇ ਆ ਫੇਰ ਕਹਿੰਦਾ ਕਿ ਮੈਨੂੰ ਲਾਂਹਤਾ ਪਾਉਂਦੇ ਆ ਸਹੀ ਕਿਹਾ ਸੀ ਬਾਈ ਨੇ ਜੇ ਅਸੀਂ ਇੱਕ ਦੂਸਰਾ ਐਂਗਲ ਦੇਖੀਏ ਤਾਂ ਬਹੁਤ ਸਾਰੇ ਲੋਕਾਂ ਨੂੰ ਆਪਣਾ ਸੀਮਨ ਔਰ ਆਪਣਾ ਸਪਰਮ ਵੀ ਰਿਲੀਜ਼ ਕਰਨਾ ਅੱਛਾ ਲੱਗਦਾ ਹੈ ਦੂਸਰੇ ਪਾਰਟਨਰ ਦੇ ਮਾਉਥ ਵਿੱਚ ਚਲਦਾ ਕੀ ਪਿਆ ਸਾਲਾ ਭੈਣ ਨੂੰ ਕੀ ਹੋਣ ਰਿਹਾ ਕਿ ਹਾਂ ਕਦੀ ਭੈਣ ਨੂੰ ਸੁਸੂ ਕਰਨ ਲੱਗੇ ਉੱਪਰ ਕਦੀ ਗੇਨ ਲੱਗੇ ਹਾਂ ਮੂੰਹ ਮੇਂ ਮਤਲਬ ਕਿ ਤੁਹਾਡਾ ਸੀਮਨ ਸਪਰਮ ਓਸਤਾਦ ਇੱਕ ਬੰਦਾ ਆਇਆ ਸੀ ਪੋਡਕਾਸਟ ਕਰਨ ਉਹਨੇ ਆਪਣਾ ਬੜਾ ਪੈਸਾ ਬੁਲ ਆ ਕੇ ਖੋਲਿਆ ਪੋਡਕਾਸਟ ਜਮਾਈ ਫੋਟੂ ਚੀਜ਼ਾਂ ਕੱਢੀਆਂ ਆ ਫੋਟੋ ਆ ਰਹੀ ਓਦੀ ਹਾਂਜੀ ਮੈਂ ਆਪਣੀ ਗੱਲ ਹੀ ਕਰਦਾ ਸਮਝ ਗਿਆ ਕਿ ਨਹੀਂ ਘੂਸੇ ਕੰਮ ਨਹੀਂ ਕਰਨੇ ਤੁਹੀ ਕਹਦਾ ਪੋਰੀ ਜਾਂਦੇ ਪੈਂਚ ਤਨ ਤਾਂ ਚਾਹੀਦੀ ਚੀਜ਼ਾਂ ਆਉਂਦੀਆਂ ਨਾ ਕਿਹੜੀ ਗੱਲਾਂ ਕਰੀ ਜਾਂਦੇ ਆ ਪ੍ਰੋਟੀਨ ਚਾਹੀਦਾ ਵੇ ਪ੍ਰੋਟੀਨ ਚ 25 ਗ੍ਰਾਮ ਪ੍ਰੋਟੀਨ ਹੁੰਦਾ ਇੱਕ ਸਕੂਪ ਚ ਆ ਤੇਰਾ 50 50 ਗ੍ਰਾਮ ਸਿੱਧਾ ਹੀ ਮੂੰਹ ਚ ਭਰ ਦੇ ਭਰਾ ਆ ਜਾ ਧੀ ਹੁੰਦੀ ਹੈ ਔਰ ਡੌਗੀ ਜੋ ਹੁੰਦੀ ਹੈ ਡੌਗੀ ਤੋਂ ਵਰਲਡ ਵਾਈਡ ਫੇਮਸ ਹੈ ਬੋ ਐਕਸਪੀਰੀਅੰਸ ਕਿੰਨੇ ਖੁਸ਼ੀ ਚੱਕ ਕੀਤੀ ਨੂਰ ਆ ਗਿਆ ਕਿ ਨਹੀਂ ਓਹੋ ਭੈਣ ਜੋ ਉਹਦਾ ਕੁੱਤੀ ਕਹਿਦੀ ਹੈ ਤਾਂ ਹਾਂ ਦੁੱਖ ਲੱਗਿਆ ਨਾ ਡੌਗੀ ਓ ਵੇ ਵੀ ਆ ਲਵ ਇਟ ਤੋ ਉਸਕੇ ਅਲਾਵਾ ਆਈ ਡੋਨਟ ਥਿੰਕ ਬਹੁਤ ਸਾਰੇ ਲੋਕਾਂ ਨੂੰ ਇਸਕੇ ਅਲਾਵਾ ਜੋ ਸੈਕ ਐਕਸਪੋਜੀਸ਼ਨਸ ਹੋਣਗੀਆਂ ਉਹ ਪਤਾ ਹੋਣਗੀਆਂ ਕਿ ਹੋਰ ਉਹਨਾਂ ਨੇ ਕੀ-ਕੀ ਬੈੱਡਰੂਮ ਵਿੱਚ ਟ੍ਰਾਈ ਕਰਨਾ ਚਾਹੀਦਾ ਹੈ ਹੈਕਸ ਕਰਨਾ ਹੈ ਕਿ ਬੈਂਚ ਉੱਧਾ ਲੰਬੀ ਖੇਡਨੇ ਆ ਕੀ-ਕੀ ਚਾਹੀਦਾ ਕੀ ਤੈਨੂੰ ਇਹ ਦੱਸ ਕਿ ਹਾਂ ਤੇਰੀ ਇੱਕ ਟਾਂਗ ਇੱਧਰ ਬੰਨ੍ਹਣ ਨੇ ਆ ਜਾਂ ਬੂਏ ਦੇ ਬਾਹਰ ਲੱਗਨਵੇਂ ਆਪਣੇ ਜਿਹੜਾ ਘਰ ਆਂਦਾ ਪਹਿਲਾਂ ਤੈਨੂੰ ਖੜਕਾ ਕੇ ਫੇ ਆਵੇ ਕਿਹੜੀ ਪੋਜੀਸ਼ਨ ਜਾਣਦੇ ਆ ਤੂੰ ਮੈਨੂੰ ਦੱਸੋ ਹੋਰ ਇਹ ਉਹ ਵੀ ਇੱਥੇ ਬੱਚਿਆਂ ਨੇ ਕੀ ਸਿੱਖਿਆ ਜਾਂ ਯੰਗਸਟਰਸ ਨੇ ਕੀ ਸਿੱਖਿਆ ਯੰਗਸਟਰਸ ਨੇ ਸਿੱਖ ਲਿਆ ਹੋਰ ਕੋਈ ਟਰਾਈ ਕਿੱਦਾਂ ਕਰੀਏ ਅ ਬੱਚਿਆਂ ਨੇ ਕੀ ਸਿੱਖਿਆ ਕਿ ਹਾਂ 18 ਸਾਲ ਤੋਂ ਬਾਅਦ ਕਰ ਸਕਦੇ ਆ ਜਾਂ ਪਹਿਲਾਂ ਵੀ ਸਾਡੀ ਮਰਜ਼ੀ ਪਰ ਫਿੱਟ ਹੈਗੇ ਤਾਂ 18 ਸਾਲ ਤੋਂ ਬਾਅਦ ਹੀ ਤੇ ਬਜ਼ੁਰਗਾਂ ਨੇ ਕੀ ਸਿੱਖਿਆ ਆ ਭੰਦੇ ਯਾਰ ਜਿਹੜੀ ਕੁਸੀਆਂ ਭਰੀ ਜਾਂਦੇ ਆ ਪਰਦਾਦਿਆਂ ਨੂੰ ਗਲਤੀ ਆ ਇੱਕ ਟਾਈਮ ਇੱਕਦਾਂ ਪਈਦਾ ਨਾ ਮਾਸਟਰਬੇਟ ਕਰ ਲੈਂਦਾ ਨਾ ਅੱਜ ਸਾਲੇ ਇੱਥੇ ਹੋਣਾ ਨਹੀਂ ਸੀ ਤੁਸੀਂ ਤਾਂ ਫੇਰ ਗੱਲਾਂ ਕਰਨੀਆਂ ਨਹੀਂ ਯਾਰ ਸਾਨੂੰ ਰੋਸਟ ਕਰ ਸੈਕਸ ਐਜੂਕੇਸ਼ਨ ਦੇ ਵਿੱਚ ਬੇਸਿਕ ਨੌਲੇਜ ਸਿਖਾਓ ਪਹਿਲਾਂ ਭੈ ਜੋ ਕਿ ਹਾਂ ਸਾਨੂੰ ਸਕੂਲ ਡਿਮਾਂਡ ਰੱਖੀ ਕੋਈ ਸਕੂਲ ਦੀ ਯਾ ਡਿਮਾਂਡ ਰੱਖੀ ਕਿ ਹਾਂ ਪਏ ਚੀਜ਼ ਬਾਰੇ ਗੱਲ ਕਰਾਂਗੇ ਅਵੇਰਨੈਸ ਫਲਾਈ ਨਹੀਂ 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 ਪੋਜ਼ ਦੱਸੋ ਜੀ ਕਿਹੜਾ ਬਣਾਈਏ ਆ ਤੈਨੂੰ ਪਹਿਲਾਂ ਮੋਰ ਬਣਾਵਾਂ ਮੈਂ ਛਾੜੂ ਦੇ ਇਸ ਐਕਸਪੋਜੀਸ਼ਨ ਨੇ ਜਿਸसे ਕਹਿੰਦੇ ਸਪੂਨਿੰਗ ਅਗਰ ਆਪ ਦੋ ਸਪੂਨਸ ਕੋ ਸਾਥ ਵਿੱਚ ਰਖ ਦੋਗੇ ਤਾਂ ਉਹ ਜੈਸੀ ਪੋਜੀਸ਼ਨ ਕ੍ਰੀਏਟ ਹੋਤਾ ਹੈ ਵੈਸਾ ਹੀ ਹੋਤਾ ਹੈ ਸਪੂਨਿੰਗ ਭੈਣ ਜੋ ਚੋਲ ਵੀ ਨਾ ਹੁਣ ਹੱਥਾਂ ਨਾਲ ਖਾਇਆ ਕਰਨੇ ਆ ਭੈਣ ਜੋ ਖਾਣ ਪੀਣ ਦੀ ਚੀਜ਼ਾਂ ਸਪੂਨਿੰਗ ਇਹ ਉਹ ਚਮਚ ਵਾਂਗੂ ਬਣ ਕੇ ਦੇਖੋ ਤੁਸੀਂ ਜੁੜ ਕੀ ਹੋਇਆ ਕਰੰਟ ਲੱਗਦਾ ਉਦਾਂ ਕਿ ਉਦਾਂ ਟਵਿਨਸ ਹੁੰਦੇ ਆ ਕੀ ਗੱਲ ਦੀ ਆ ਜੇ ਉਲਾਦਾਂ ਗੁੱਸੀਆਂ ਹੋਣੀਆਂ ਵੇ ਪੈਨ ਜਿਹੜਾ ਮਰਜ਼ੀ ਕਰੀਏ ਕੁਝ ਨਹੀਂ ਹੋਣਾ ਤੇ ਰਹੀ ਗੱਲ ਅੱਜ ਦੀ ਅੱਜ ਦੀ ਵੀਡੀਓ ਇੰਨੀ ਮੈਨੂੰ ਕਰੋ ਮਾਫ ਮੈਂ ਇੱਥੇ ਅੱਗੇ ਹੋਰ ਨਹੀਂ ਦੇਖ ਸਕਦਾ ਮੇਰਾ ਮੂਡ ਬਣ ਜਾਣਾ ਅੱਗੇ ਛੜਾ ਛੜ ਘੁੰਮਣ ਆ ਮੈਂ 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 ਮਾਫੀ ਮੰਗਦਾ ਜੀ ਵੀਡੀਓ ਬੜੇ ਲੱਗੇ ਹੋਏ ਤਾਂ ਸਬਸਕ੍ਰਾਈਬ ਜਰੂਰ ਕਰ ਜਾਈਓ ਲਾਈਕ ਕਮੈਂਟ ਜਰੂਰ ਕਰਿਓ ਤੇ ਮਿਲਦੇ ਆਂ ਛੇਦੀ ਨਵੀਂ ਵੀਡੀਓ ਦੇ ਨਾਲ ਉਹਨਾਂ ਦੇ ਲਈ ਟਾਟਾ ਟੇਕਰ ਬਾਏ ਬਾਏ ਖਿਆਲ ਰੱਖੋ ਆਪਣਾ ਤੇ ਆ ਗੁੱਸਿਆਂ ਦੀ ਗੱਲ ਚ ਨਾ ਆਇਆ ਕਰੋ